Leute! ਯੂਨੀਅਨ ਦੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀਗਾ। ਪਹਿਲਾਂ ਤਾਂ ਸਾਡੀ ਮੰਗ ਇਹ ਸੀਗੀ ਕਿ ਸਾਨੂੰ ਤੁਸੀਂ ਮੀਟਿੰਗ ਬੈਠ ਕੇ ਕਰਾਓ ਸੀਐਮ ਸਾਹਿਬ ਨਾਲ, ਪਰ ਤੂੰ ਸਾਨੂੰ ਬੈਠ ਕੇ ਕੋਈ ਵੀ ਮੀਟਿੰਗ ਜਿਹੜੀ ਉਹ ਨਹੀਂ ਕਰਵਾਏਗੀ। ਸਾਡੀਆਂ 364 ਪੋਸਟਾਂ ਅਤੇ 635 ਪੋਸਟ ਜਿਹੜੀ ਹੈ ਉਹ ਸਰਕਾਰ ਵੱਲੋਂ ਰੱਦ ਕਿਉਂ ਗਿਆ, ਜਿਹੜਾ ਮਸਲਾ ਜਿਹੜਾ ਚੱਲ ਰਿਹਾ ਉਹ ਰੱਦ ਕਰ ਲਈ ਹੈ। ਸੋ ਅਸੀਂ ਕਦੇ ਵੀ ਨਹੀਂ ਹੋ ਗਏ, 5 ਸਾਲ ਹੋ ਗਏ ਸਾਨੂੰ, ਅਸੀਂ 3-3 ਵਾਰ ਜਿਹੜਾ ਉਸ ਟੈਸਟ ਜਿਹੜਾ ਉਹ ਕਲੀਅਰ ਕਰ ਚੁੱਕੇ ਹਾਂ, ਪਰੰਤੂ ਸਰਕਾਰ ਦੀ ਨਲੇਕੀਆਂ ਕਾਰਨ ਅੱਜ ਸਾਡੀਆਂ ਪੋਸਟਾਂ ਜਿਹੜੀਆਂ ਉਹ ਰੱਦ ਕੀਤੀਆਂ ਜਾ ਰਹੀਆਂ ਨੇ, ਅਤੇ ਡਿਪਾਰਟਮੈਂਟ ਦੀ ਨਲੇਕੀ ਦੇ ਕਾਰਨ ਸਾਡੀਆਂ ਪੋਸਟਾਂ 364 635 ਅਤੇ ਓਵਰੇਜ ਦਾ ਮਸਲਾ ਜਿਹੜਾ ਉਹ ਹੱਲ ਕਰੇ ਸਰਕਾਰ, ਅਤੇ ਤਾਂ ਅਸੀਂ ਇਹ ਚੰਨੀ ਸਰਕਾਰ ਨੂੰ ਕਿਤੇ ਵੀ ਉਹਦੀ ਰੈਲੀ ਜਿਹੜੀ ਹੈ ਨਹੀਂ ਹੋਣ ਦੇਵਾਂਗੇ। ਹਰੇਕ ਰੈਲੀ ਜਿਹੜੀ ਉਹ ਬੰਦ ਕਰਾਂਗੇ, ਚਾਹੇ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਚਲਾ ਜਾਵੇ।